दुकानदार दे कोरोना पॉजिटिव होण ते फेज एक गुरु नानक खोखा मार्केट 3 दिन लई बंद कीती। 3 दिनां बाद सैनेटाइज करन उपरंत खोली जावेगी मार्केट। स्थानक फेज एक दी गुरु नानक मार्केट दी एक दुकानदार दे पति दे कोरोना पॉजिटिव आउण कारण गुरु नानक मार्केट वेलफेयर सोसाइटी वालों यह मार्केट 3 दिनां लई पूरी तरह बंद कर दिती गई है। मार्केट सोसाइटी दे प्रधान राकेश कुमार रिंकू ने दसिया कि मार्केट दे बूथ नंबर 29 विच काम करन वाली महिला दे पति दी कोरोना रिपोर्ट बीते दिनी पॉजिटिव आई है। उन्हां दसिया कि उक्त महिला दा पति चंडीगढ़ दे सैक्टर 32 सिविल हस्पताल विच काम करदा है अते ओह हर रोज अपनी पत्नी नूं मार्केट विच छड्डण अते लैण लई आउंदा सी अते इस दौरान ओह काफी समय तक मार्केट विच रहंदा सी। उन्हां दसिया ਸਾਡੇ ਗੁਰੂ ਨਾਨਕ ਮਾਰਕੀਟ ਫੇਸ ਇੱਕ ਇੱਥੇ ਕਰੋਨਾ ਦਾ ਇੱਕ ਪੇਸ਼ੈਂਟ ਨਾ ਸਾਡੇ ਆਇਆ ਜੀ। ਉਹਨਾਂ ਦੀ ਦੁਕਾਨ ਹੈ ਸ਼ੌਪ ਨੰਬਰ 29 ਇੱਥੇ ਉਹਨਾਂ ਦੀ ਵਾਈਫ ਕਰਦੀ ਮਲੇਰੀ ਦੁਕਾਨ ਅਤੇ ਉਹ ਆਪ 32 ਸੈਕਟਰ ਹੋਸਪਿਟਲ ਲੱਗੇ ਹੋਏ ਨੇ ਅਤੇ ਜਦੋਂ ਸਾਨੂੰ ਕੱਲ੍ਹ ਸ਼ਾਮੀ ਪਤਾ ਲੱਗਿਆ ਕਿ ਉਹ ਪੋਜ਼ਿਟਿਵ ਆਏ ਨੇ ਅਤੇ ਉਹਨਾਂ ਦਾ ਬਾਕੀ ਪਰਿਵਾਰ ਸਾਰਾ ਪਰਿਵਾਰ ਕੁਆਰੰਟਾਈਨ ਕਰਤਾ ਉਹਨਾਂ ਨੇ। ਇਸ ਕਰਕੇ ਫਿਰ ਅਸੀਂ ਸਾਰਿਆਂ ਨੇ ਆਪਸ 'ਚ ਨਾ ਸਲਾਹ ਕਰਕੇ ਵੀ ਇਹ ਕਰੋਨਾ ਮਹਾਂਮਾਰੀ ਜਿਹੜੀ ਭਿਆਨਕ ਬਿਮਾਰੀ ਹੈ ਵੀ ਇਹ ਹੋਰ ਨਾ ਫੈਲ ਸਕੇ ਇਸ ਕਰਕੇ ਅਸੀਂ ਸਾਰਿਆਂ ਨੇ ਮੈਂਬਰਾਂ ਨੇ ਸਲਾਹ ਕਰਕੇ ਮਾਰਕੀਟ ਦੀ ਵੀ ਅਸੀਂ 3 ਦਿਨ ਵਾਸਤੇ ਬੰਦ ਕੀਤੀ ਹੈ ਵੀ ਇਹਦੇ ਚੈਨ ਟੁੱਟ ਸਕੇ। ਪਰ ਤੁਸੀਂ ਪ੍ਰਸ਼ਾਸਨ ਵਗੈਰਾ ਨੂੰ ਜਾਣਕਾਰੀ ਦਿੱਤੀ? ਪ੍ਰਸ਼ਾਸਨ ਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ, SSP ਸਾਹਿਬ ਨੂੰ ਵੀ ਅਤੇ ਸਿਵਲ ਸਰਜਨ ਨੂੰ ਵੀ। ਸਾਰਿਆਂ ਨੂੰ ਸਲਾਹ ਕਰਤਾ ਜੀ ਵੀ ਸਾਡੀ ਹੁਣ 21 ਤਰੀਕ ਤੱਕ ਬੰਦ ਹੈ ਜੀ। 21 ਤਰੀਕ ਨੂੰ ਅਸੀਂ ਸ਼ਾਮ ਨੂੰ ਸੈਨੀਟਾਈਜ਼ ਕਰਾ ਕੇ 1 ਤਰੀਕ ਨੂੰ ਪਾਸ ਹੋਣਾ ਹੈ। ਇਸ ਮੌਕੇ ਸਾਬਕਾ ਕੌਂਸਲਰ ਸ਼੍ਰੀ ਆਰਪੀ ਸ਼ਰਮਾ ਨੇ ਕਿਹਾ ਫੇਸ 1 ਗੁਰੂ ਨਾਨਕ ਮਾਰਕੀਟ ਦੇ ਵਿੱਚ ਜਿਹੜਾ ਕੋਰੋਨਾ ਦਾ ਕੇਸ ਆਇਆ ਹੈ ਮੈਂ ਵੈਸੇ ਬਹੁਤ ਪ੍ਰਧਾਨ ਜੀ ਨੇ ਬਹੁਤ ਅੱਛਾ ਫੈਸਲਾ ਲਿਆ ਵੀ ਜਿਹੜੀ ਮਾਰਕੀਟ 3 ਦਿਨ ਵਾਸਤੇ ਇਹਨਾਂ ਨੇ ਬੰਦ ਕਰਾਤੀ ਕਿਉਂਕਿ ਇੱਕ ਭਿਆਨਕ ਬਿਮਾਰੀ ਹੈ ਇਹ। ਇਹਦੇ ਵਾਸਤੇ ਜੇ ਆਪਣਾ ਬਚਾਅ ਕਰਾਂਗੇ ਤਾਂ ਪਬਲਿਕ ਦਾ ਬਚਾਅ ਹੈ, ਪਬਲਿਕ ਦਾ ਬਚਾਅ ਕਰਾਂਗੇ ਤਾਂ ਸਾਰੇ ਸ਼ਹਿਰ ਦਾ ਬਚਾਅ ਹੈ। ਇਸ ਕਰਕੇ ਇਹਨਾਂ ਨੇ ਅੱਛਾ ਫੈਸਲਾ ਲਿਆ ਵੀ ਜਿਹੜੀ 3 ਦਿਨ ਵਾਸਤੇ ਮਾਰਕੀਟ ਨੂੰ ਬੰਦ ਕਰਿਆ ਹੈ ਅਤੇ ਉਸ ਤੋਂ ਬਾਅਦ 3 ਦਿਨ ਤੋਂ ਬਾਅਦ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਦੇ ਨਾਲ ਰਲ ਕੇ ਇਹਨੂੰ ਸੈਨੇਟਾਈਜ਼ ਵਗੈਰਾ ਕਰਕੇ ਜੋ ਵੀ ਹੋਊਗਾ ਉਹ ਕਰਕੇ ਇਸਨੂੰ ਦੁਬਾਰਾ ਫਿਰ ਮਾਰਕੀਟ ਖੋਲ੍ਹਾਂਗੇ ਤਾਂ ਕਿ ਕੋਈ ਹੋਰ ਵੀ ਬੰਦਾ ਇਹਦੀ ਚਪੇਟ 'ਚ ਨਾ ਆਵੇ। ਕਿਉਂਕਿ ਅਗਰ ਇੱਕ ਤੋਂ ਦੂਜੇ ਜੇ ਕੋਈ ਇੱਕ ਵੀ ਚਪੇਟ ਦੇ ਵਿੱਚ ਆ ਗਿਆ ਤਾਂ ਉਸ ਦੇ ਬਾਅਦ ਪਤਾ ਨਹੀਂ ਉਹਦੇ ਕਿੰਨੇ ਹੋਰ ਮੈਂਬਰ ਵੀ ਚਪੇਟ 'ਚ ਆ ਸਕਦੇ ਹੈ। ਮੋਹਾਲੀ ਤੋਂ ਸਕਾਈ ਹਾਫ ਟਾਈਮਜ਼ ਲਈ ਪਵਨ ਰਾਵਤ ਦੇ ਨਾਲ ਜਸਵਿੰਦਰ ਸਿੰਘ ਦੀ ਰਿਪੋਰਟ।